ਇੱਕ ਟਰੈਕਟਰ ਸਵਾਰ ਦੇ ਵੱਲੋਂ ਮਾਂ ਪੁੱਤ ਤੇ ਟਰੈਕਟਰ ਚਾੜਿਆ ਗਿਆ। ਮਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋਈ। ਉਸ ਦਾ ਪੁੱਤ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਇਹ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਟਰੈਕਟਰ ਤੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ। ਗਾਣਿਆਂ ਦੀ ਆਵਾਜ਼ ਘੱਟ ਕਰਵਾਉਣ ਦੇ ਲਈ ਇਹ ਮਾਂ ਪੁੱਤ ਗਏ ਤਾਂ ਇਹਨਾਂ ਦੇ ਨਾਲ ਪਹਿਲਾਂ ਬਹਿਸ ਕੀਤੀ, ਉਸ ਤੋਂ ਬਾਅਦ ਇਹਨਾਂ ਨੂੰ ਟਰੈਕਟਰ ਦੇ ਹੇਠਾਂ ਦਰੜ ਦਿੱਤਾ, ਜਿਸ ਤੋਂ ਬਾਅਦ ਮਾਂ ਦੀ ਦਰਦਨਾਕ ਮੌਤ ਹੋ ਗਈ। ਉਸ ਦਾ ਪੁੱਤ ਫੱਟੜ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਦਰਦਨਾਕ ਮਾਮਲਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਤੋਂ ਸਾਹਮਣੇ ਆਇਆ। ਟਰੈਕਟਰ ਦੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ, ਮਾਂ ਪੁੱਤ ਆਵਾਜ਼ ਸੁਣ ਕੇ ਆਏ, ਜਿਨ੍ਹਾਂ ਨੇ ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਪੁੱਤਰੇ ਹੋਏ ਸ਼ਖਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਮਾਂ ਪੁੱਤ 'ਤੇ ਟਰੈਕਟਰ ਚਾੜ ਦਿੱਤਾ। ਬੀਤੀ ਰਾਤ ਵੇਲੇ ਦੀ ਇਹ ਘਟਨਾ ਹੈ, ਜਦਕਿ ਪੁੱਤ ਉਸਦਾ ਗੰਭੀਰ ਫੱਟੜ ਹੋਇਆ, ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਕਰਾਰ ਮੌਕੇ ਚਾਲਕ ਨੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਦੇ ਕਿ ਘਰ ਦੇ ਕੋਲ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਘਰ ਵਾਲੇ ਮਾਂ ਪੁੱਤ ਬਾਹਰ ਆਏ, ਜਿਨ੍ਹਾਂ ਨੇ ਆਵਾਜ਼ ਨੂੰ ਘੱਟ ਕਰਨ ਦੇ ਲਈ ਕਿਹਾ, ਪਰ ਉਹਨਾਂ ਦੇ ਨਾਲ ਬਹਿਸਬਾਜ਼ੀ ਕੀਤੀ, ਇੱਥੋਂ ਤੱਕ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮਾਂ ਦੀ ਦਰਦਨਾਕ ਮੌਤ ਹੋ ਗਈ, ਉਸਦਾ ਪੁੱਤ ਫੱਟੜ ਹੋ ਗਿਆ। ਤਾਂ ਮਾਮੂਲੀ ਗੱਲ ਦੇ ਪਿੱਛੇ ਇਹਨਾਂ ਦੀ ਜਾਨ ਲਈ ਗਈ, ਦੂਜਾ ਹਸਪੀਟਲ ਦੇ ਵਿੱਚ ਭਰਤੀ ਹੈ। ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ, ਉੱਚੀ ਉੱਚੀ ਗਾਣੇ ਸਪੀਕਰਾਂ 'ਤੇ ਵੱਜ ਰਹੇ ਸੀ, ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਮਾਂ ਪੁੱਤ 'ਤੇ ਇਸ ਟਰੈਕਟਰ ਸਵਾਰ ਦੇ ਵੱਲੋਂ ਟਰੈਕਟਰ ਚਾੜ ਦਿੱਤਾ ਗਿਆ। ਮਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇੱਕ ਟਰੈਕਟਰ ਸਵਾਰ ਦੇ ਵੱਲੋਂ ਮਾਂ ਪੁੱਤ 'ਤੇ ਟਰੈਕਟਰ ਚਾੜਿਆ ਗਿਆ। ਮਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋਈ। ਉਸ ਦਾ ਪੁੱਤ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਇਹ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਟਰੈਕਟਰ 'ਤੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ। ਗਾਣਿਆਂ ਦੀ ਆਵਾਜ਼ ਘੱਟ ਕਰਵਾਉਣ ਦੇ ਲਈ ਇਹ ਮਾਂ ਪੁੱਤ ਗਏ ਤਾਂ ਇਹਨਾਂ ਦੇ ਨਾਲ ਪਹਿਲਾਂ ਬਹਿਸ ਕੀਤੀ, ਉਸ ਤੋਂ ਬਾਅਦ ਇਹਨਾਂ ਨੂੰ ਟਰੈਕਟਰ ਦੇ ਹੇਠਾਂ ਦਰੜ ਦਿੱਤਾ, ਜਿਸ ਤੋਂ ਬਾਅਦ ਮਾਂ ਦੀ ਦਰਦਨਾਕ ਮੌਤ ਹੋ ਗਈ। ਉਸ ਦਾ ਪੁੱਤ ਫੱਟੜ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਦਰਦਨਾਕ ਮਾਮਲਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਤੋਂ ਸਾਹਮਣੇ ਆਇਆ। ਟਰੈਕਟਰ ਦੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ, ਮਾਂ ਪੁੱਤ ਆਵਾਜ਼ ਸੁਣ ਕੇ ਆਏ, ਜਿਨ੍ਹਾਂ ਨੇ ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਪੁੱਤਰੇ ਹੋਏ ਸ਼ਖਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਮਾਂ ਪੁੱਤ 'ਤੇ ਟਰੈਕਟਰ ਚਾੜ ਦਿੱਤਾ। ਬੀਤੀ ਰਾਤ ਵੇਲੇ ਦੀ ਇਹ ਘਟਨਾ ਹੈ, ਜਦਕਿ ਪੁੱਤ ਉਸਦਾ ਗੰਭੀਰ ਫੱਟੜ ਹੋਇਆ, ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਕਰਾਰ ਮੌਕੇ ਚਾਲਕ ਨੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਦੇ ਕਿ ਘਰ ਦੇ ਕੋਲ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਘਰ ਵਾਲੇ ਮਾਂ ਪੁੱਤ ਬਾਹਰ ਆਏ, ਜਿਨ੍ਹਾਂ ਨੇ ਆਵਾਜ਼ ਨੂੰ ਘੱਟ ਕਰਨ ਦੇ ਲਈ ਕਿਹਾ ਪਰ ਉਹਨਾਂ ਦੇ ਨਾਲ ਬਹਿਸਬਾਜ਼ੀ ਕੀਤੀ, ਇੱਥੋਂ ਤੱਕ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮਾਂ ਦੀ ਦਰਦਨਾਕ ਮੌਤ ਹੋ ਗਈ, ਉਸਦਾ ਪੁੱਤ ਫੱਟੜ ਹੋ ਗਿਆ। ਤਾਂ ਮਾਮੂਲੀ ਗੱਲ ਦੇ ਪਿੱਛੇ ਇਹਨਾਂ ਦੀ ਜਾਨ ਲਈ ਗਈ, ਦੂਜਾ ਹਸਪੀਟਲ ਦੇ ਵਿੱਚ ਭਰਤੀ ਹੈ। ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ, ਉੱਚੀ ਉੱਚੀ ਗਾਣੇ ਸਪੀਕਰਾਂ 'ਤੇ ਵੱਜ ਰਹੇ ਸੀ, ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਮਾਂ ਪੁੱਤ 'ਤੇ ਇਸ ਟਰੈਕਟਰ ਸਵਾਰ ਦੇ ਵੱਲੋਂ ਟਰੈਕਟਰ ਚਾੜ ਦਿੱਤਾ ਗਿਆ। ਮਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਮੇਰਾ ਨਾਮ ਨਿਸ਼ਾਨ ਸਿੰਘ ਅਤੇ ਅਸੀਂ 10:30 ਦੀ ਗੱਲ ਆ, ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ, ਜੋ ਕਿ ਨਵੀਆਂ ਨੀਹਾਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ, ਅਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜਬਾਜ਼ੀ ਕਰ ਰਹੇ ਸੀ,
ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ, ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਂ ਵਾ ਰਹਿੰਦੇ ਨੇ। ਤੇ ਉਹਨਾਂ ਨੇ ਉਹਨਾਂ ਨੂੰ ਜਾਣੀ ਕਿ ਲੱਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ, ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਸਾਡੇ ਤੇ ਟਰੈਕਟਰ ਚੜਾ ਦਿੱਤਾ ਤੇ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਡੈਥ ਹੋ ਗਈ। ਮੇਰੇ ਸਰ ਲੱਤ ਤੇ ਲੱਗੇ ਜੀ। ਸਰ ਬੰਦੇ ਤੇ ਇੱਕ ਮੁੰਡਾ ਮਗਰਾੜ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ, ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ। ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨਜ਼ਦੀਕ ਹੀ ਪਲਾਟ, ਉੱਥੇ ਪਾ ਰਹੇ ਸੀ। ਹਰੀ ਮਾਬਾਦ ਸਰ ਸਾਡਾ ਪਿੰਡ ਆ, ਤਹਿਸੀਲ ਡੇਰਾ ਬਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ। ਸਰ ਮਾਤਾ ਮੇਰੇ ਤੋਂ ਥੋੜੀ ਇਸ ਸਾਈਡ ਲੈਫਟ ਸਾਈਡ ਤੇ ਮੈਂ ਰਾਈਟ ਸਾਈਡ ਆ, ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਾਰਨ ਨਹੀਂ ਗੱਲ ਬਣੀ, ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜਣ ਕਾਰਨ ਉਹਨਾਂ ਦੀ ਡੈਥ ਹੋ ਗਈ। ਮੰਗ ਤੇ ਪ੍ਰਸ਼ਾਸਨ ਇਹੋ ਕਰਦੇ ਆ ਵੀ ਸਾਨੂੰ ਇਨਸਾਫ਼ ਦਿੱਤਾ ਜਾਏ, ਬਾਕੀ ਪ੍ਰਸ਼ਾਸਨ ਦਾ ਧੰਨਵਾਦ ਆ ਜੇ ਸਾਨੂੰ ਇਨਸਾਫ਼ ਮਿਲੇਗਾ। ਇਹ ਜੀ ਉੱਥੇ ਇੱਕ ਅਜੀਤ ਸਿੰਘ ਦਾ ਪਲਾਟ ਹੈ ਰਹੀਮਾਬਾਦ ਦੇ ਵਿੱਚ, ਤੇ ਕੱਲ 10:30-11 ਵਜੇ ਦੇ ਕਰੀਬ ਇੰਸੀਡੈਂਟ ਹੋਇਆ ਸੀਗਾ। ਟਰੈਕਟਰ ਸੀਗਾ ਇੱਕ, ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇਪਾਲ ਸਿੰਘ ਦਾ ਚਲਾ ਰਿਹਾ ਸੀ, ਤੇ ਉਹਨੇ ਇੱਕ ਲੇਡੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ, ਉਹ ਟਰੈਕਟਰ ਉਹਨੇ ਉੱਥੋਂ ਦੀ ਚੜਾ ਦਿੱਤਾ ਹੈ। ਸਿਰਫ ਇੱਕ ਡੈੱਕ ਦਾ ਰੌਲਾ ਸੀਗਾ, ਕਿਤੇ ਉਹ ਪਲਾਟ 'ਚ ਮਿੱਟੀ ਪੈ ਰਹੀ ਸੀ ਜਿੱਥੇ, ਤੇ ਇਹਨਾਂ ਨੇ ਹਰਜੀਤ ਕੌਰ ਦੇ ਧਿਰ ਦੇ ਲੜਕੇ ਨਿਸ਼ਾਨ ਸਿੰਘ ਨੇ ਤੇ ਜਿਹੜੇ ਇਹਨਾਂ ਦੇ ਸਮਰਥਕ ਉਹਨਾਂ ਨੇ ਕਿਹਾ ਵੀ ਜਿਹੜੀ ਇਹਦੇ 'ਚ ਆਪਣਾ ਡੈੱਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲਓ, ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨਾਇਆ ਵੀ ਅਸੀਂ ਤਾਂ ਟਰੈਕਟਰ 'ਤੇ ਪੈਸੇ ਖਰਚੇ ਆ ਅਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ। ਉਹ ਇਹਨਾਂ ਦੀ ਗੱਲ ਤੋਂ ਲੈ ਕੇ ਆਪਸ 'ਚ ਮਾੜੇ ਮੋਟੇ ਨੋਕ ਝੋਕ ਹੋ ਗਈ, ਅਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11 ਵਜੇ ਦੇ ਲਗਭਗ, ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿ ਤਾ ਵੀ ਅੱਜ ਇਹ ਜਿਹੜੀ ਲੇਡੀਜ਼ ਆ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਅਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ, ਅਤੇ ਇਹ ਉੱਧਰੋਂ ਪਿੰਡ ਰਹੀਮਾਬਾਦ ਵਾਲੇ ਸਾਈਡ ਤੋਂ ਆਏ ਆ, ਅਤੇ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਟਰੈਕਟਰ, ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਆ ਜਿਹੜੀ ਮੌਕੇ 'ਤੇ ਮੌਤ ਹੋ ਗਈ ਆ, ਅਤੇ ਉਹਦਾ ਲੜਕਾ ਨਿਸ਼ਾਨ ਸਿੰਘ ਆ ਜਿਹੜਾ ਉਹ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਆ, ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਹਾਂ, ਅਤੇ ਬਿਆਨ ਲੈ ਕੇ ਜਿਹੜਾ ਅਕਿਊਜ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕੇਸ ਜਿਹੜਾ FIR ਲੌਂਚ ਕਰਤੀ ਆ, ਅਤੇ ਜਲਦੀ ਜਿਹੜੇ ਇਹਦੇ 'ਚ ਅਕਿਊਜ ਆ ਉਹ ਆਪਣੇ ਗ੍ਰਿਫਤਾਰ ਹੋ ਜਾਣਗੇ। ਸਰ ਕਿੰਨੇ ਬੰਦੇ ਲੋਕ? 6 ਬੰਦਿਆਂ ਦੇ ਖਿਲਾਫ਼ ਹੋਏ ਜੀ। ਜਿਹੜਾ ਡੈਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਅਤੇ ਉਹ ਜਿਹੜੇ ਉਹਨਾਂ ਦੇ ਅਸਲ ਵਾਰਸ ਆ ਉਹਨਾਂ ਦੇ ਸਪੁਰਦ ਕਰ ਰਹੇ ਹਾਂ।